ए मारो मारो हाथ ठीक है दिवाली वेखना तू पानी पियो सारे सारे उधर ही देखो अच्छा ना जी अच्छा ना ਇਹ ਗੰਦਾ ਪਾਣੀ ਖਾਂਦੇ ਪਏ ਫੋੜੋ ਵਿੱਚ ਤੇ ਪਿਆਣਾ ਵਾਸ ਨਹੀਂ ਵਿੱਚ ਪਾਣੀ ਇਹਨੂੰ ਜੇ ਸਾਡੇ ਬੱਚੇ ਪੀ ਸਕਦੇ ਨਾ ਤੇਰੀ ਪੀ ਸਕਦਾ ਪਾਣੀ ਬੱਚੇ ਭਾਈ ਸਾਰਿਆਂ ਦੇ ਬਿਮਾਰ ਪਏ ਹਸਪੀਟਲਾਂ ਦੇ ਵਿੱਚ ਪਏ ਆ 2 ਮਿੰਟ ਲੈ ਲਓ 2 ਮਿੰਟ ਸਾਰੇ ਇੱਕ ਮਿੰਟ ਇੱਥੇ ਲਾਓ ਤੁਸੀਂ ਉੱਥੇ ਲਾਓ ਮੀਟਰ ਦੇ ਨਾਲ ਲਾਓ सीधा सीधा एक मिनट ऐसे दूर करके लाए हाँ हेलो आओ मारे अगे आओ अगे आओ अगे आओ अगे आओ पानी इन्ना तो गंदा आन दिया ना अहीं पता नहीं कितना पीन दिया निराई मूत आन दिया निराई मूत चिक्कड़ आन दिया निराई उधर सानू ये लोग कहिंदे सानू ये रोटी खवा सानू हस्पतालां दे पैसे लाउण इन्हां दा इक्को टीका ला जा दे पानी च जहर मिला देण पी के बन्ने होई गए सारे जी नो की कुड़िया वा बंदा मर जाए गलती करती वोट पा के जसवीर सिंह मुर्दाबाद लाइव नहीं ना सरकारी नौकरियां पानी करके लाए है। हाँ जी।
ਆਹ ਪਾਣੀ ਹੈਗਾ ਤੇ ਆਹ ਦੇਖੋ ਤੁਸੀਂ ਪੀਣ ਲਾਇਕ ਹੈਗਾ ਜਿਹੜਾ ਆਮ ਲੋਕ ਸਭ ਪੀ ਪੀ ਕੇ ਬਿਮਾਰ ਹੋ ਰਹੇ ਹੈਗੇ ਔਰ ਮੈਂ ਤਾਂ 3-4 ਦਿਨ ਹੋਸਪਿਟਲ 'ਚ ਵੀ ਰਹੀ ਹਾਂ ਇੰਨਾ ਪੈਸਾ ਲਾਇਆ ਹੈਗਾ ਅਤੇ ਗਰੀਬ ਆਦਮੀ ਕੀ ਕਰੇਗਾ ਆਪਣੀ ਰੋਟੀ ਪੂਰੀ ਕਰੇਗਾ ਕਿ ਆਪਣਾ ਇਲਾਜ ਕਰਾਏਗਾ ਕਿ ਅਤੇ ਜਿਹੜੇ ਇਹ ਅਫਸਰ ਜਿਹੜੇ ਬਣੇ ਹੈਗੇ ਵੋਟਾਂ ਲੈ ਕੇ ਬਸ ਆਪਣੇ ਘਰ ਬਹਿ ਗਏ ਆ ਲੇਕਿਨ ਸਾਡੀ ਕਿਸੇ ਦਿਨ ਕੋਈ ਸੁਰਤ ਨਹੀਂ ਲਿੱਤੀ ਹੈਗੀ ਕਿ ਮਿਲੇ MLA ਨੂੰ ਮਿਲੇ ਇਸ ਮਸਲੇ ਹਾਂਜੀ ਇਹ ਸਭ ਗਏ ਹੈਗੇ ਜਿਹੜੇ ਹੈਗੇ ਪਰ MLA ਹੁਣ ਮਿਲਦਾ ਕੋਈ ਸੁਣਦਾ ਹੀ ਨਹੀਂ ਕਿ ਰਾਜਵੀਰ ਸਾਡੇ ਸਾਰਾ ਪਰਿਵਾਰ ਬਿਮਾਰ ਪਿਆ ਹੈ ਆ ਗੁੜੀਆ 2.5 ਸਾਲਾਂ ਦੀ ਗੁੜੀਆ ਇਹ ਵੀ ਬਿਮਾਰ ਪਈ ਹੈ ਟੱਟੀਆਂ ਉਲਟੀਆਂ ਨਹੀਂ ਹਟਣ ਡੀਆਂ ਅਤੇ ਗੰਦਾ ਪਾਣੀ ਆਉਣ ਡਿਆ ਚੈੱਕ ਕਰ ਲਓ ਸਾਡੇ ਪਾਣੀ ਜਿਹੜੇ ਭਰੇ ਆ ਗੰਦਾ ਪਾਣੀ ਸੀਵਰਾਂ ਦਾ ਪਾਣੀ ਆਉਣ ਡਿਆ ਅਤੇ MLA ਨੂੰ ਮਿਲੇ ਮਿਲੇ ਹੈਗੇ ਮਿਲੇ ਇੱਥੇ ਤਾਂ ਕੋਈ ਆਇਆ ਨਹੀਂ ਹੈਗਾ ਵੋਟਾਂ ਲੈਣ ਤੋਂ ਬਾਅਦ MLA ਮਿਲੇ ਨਹੀਂ ਨਹੀਂ ਆਇਆ ਕੋਈ ਨਹੀਂ ਆਇਆ ਅੱਜ ਕੀ ਕੀਤਾ ਤੁਸੀਂ ਇੱਥੇ ਆ ਲਾਏ ਸਟicker ਲਾਏ ਉਹਨਾਂ ਦੇ ਸ਼ਾਇਦ ਹੀ ਕੋਈ ਆ ਗਿਆ ਹਾਂਜੀ ਮਾਰ ਪਿਆ ਆਏ ਸਾਡਾ ਤੇ ਜ਼ਿੰਦਗੀ ਵੇਖ ਕੇ ਸ਼ਾਇਦ ਉਹਨੂੰ ਤਾਂ ਪਾਣੀ ਦੇਖੋ ਸਾਡੇ ਗੰਦਾ ਪਾਣੀ ਸੀਵਰਾਂ ਦਾ ਏ ਜਿਹੜਾ ਭਰਿਆ ਆਪਣਾ ਨਾਮ ਦੱਸ ਦਿਓ ਕਿਸ ਇਲਾਕੇ ਦੇ ਵਿੱਚ ਤੁਸੀਂ ਅੱਜ ਪੋਸਟਰ ਲਾਏ ਤੇ ਕਾਹਦੀ ਗੱਲੋਂ ਲਾਈ ਸੀ ਸਮੱਸਿਆ ਤੁਹਾਡੇ ਇਲਾਕੇ ਦੀ ਮੇਰਾ ਨਾਮ ਜੀ ਰਮਨ ਕੁਮਾਰ ਛਿਆਟਾ ਮੈਂ ਪੰਜਾਬ ਸੈਕਟਰੀ ਵਪਾਰ ਸੈੱਲ ਦਾ ਭਾਰਤੀ ਜਨਤਾ ਪਾਰਟੀ ਦਾ ਇਹ ਮੇਰੀ ਵਾਰਡ ਆ 83 ਨੰਬਰ ਵਾਰਡ ਆ 21 ਕੁਆਟਰ ਦੇ ਖਲੋਤੇ ਹੋਏ ਆ ਵਾਰਡ ਨੰਬਰ 80 81 82 83 84 ਸਾਰਾ ਛਿਆਟਾ ਜਿਹੜਾ ਵਾ ਗੰਦੇ ਪਾਣੀ ਦਾ ਸ਼ਿਕਾਰ ਆ ਸੀਵਰ ਦਾ ਪਾਣੀ ਜਿਹੜਾ ਵਾ ਮਿਕਸ ਹੋ ਕੇ ਆ ਰਿਹਾ ਵਾ ਬੱਚੇ ਪਾਣੀ ਪੀਂਦੇ ਪਏ ਵੱਡੇ ਪਾਣੀ ਪੀਂਦੇ ਪਏ ਸਭ ਬਿਮਾਰ ਪੈਂਦੇ ਪਏ ਆ ਸਾਡੇ ਇਲਾਕੇ ਦੇ ਸਾਰੇ ਹਸਪਤਾਲ ਭਰੇ ਹੋਏ ਆ ਸਾਰੀਆਂ ਜਿਹੜੀਆਂ ਮੈਡੀਕਲ ਸਟੋਰ ਆ ਉਹ ਭਰੇ ਹੋਏ ਆ ਗਰੀਬ ਲੋਕ ਨੇ ਮਹਾਂ ਆਪਣਾ ਗੁਜ਼ਾਰਾ ਕਰਦੇ ਨੇ ਔਰ ਸਰਕਾਰ ਜਿਹੜੀ ਸੁੱਤੀ ਪਈ ਆ ਸਾਡਾ MLA ਸੁੱਤਾ ਪਿਆ ਵਾ ਗੁੰਮਸ਼ੁਦਾ ਵਾ ਤੁਹਾਡੇ ਸਾਹਮਣੇ ਉਹਦੀ ਪੋਸਟਰ ਲਾਉਂਦੇ ਪਏ ਆ ਇਹ ਗੁੰਮਸ਼ੁਦਾ ਹੈਗਾ ਵਾ ਇਹ ਵੋਟਾਂ ਪਾਉਣ ਲੈਣ ਵਾਸਤੇ ਗਲੀ ਗਲੀ ਘਰ ਘਰ ਜਾਂਦੇ ਰਹੇ ਆ ਝੂਠੇ ਵਾਅਦੇ ਕਰਦੇ ਰਹੇ ਆ ਪਰ ਹੁਣ ਜਦੋਂ ਲੋਕ ਗੰਦੇ ਪਾਣੀ ਨਾਲ ਬਿਮਾਰ ਪੈਂਦੇ ਪਏ ਆ ਲੋਕ ਮਰਦੇ ਪਏ ਆ ਇਹਨੇ ਸੁੱਧ ਨਹੀਂ ਲਈ ਪਿਛਲੇ 2 ਮਹੀਨਿਆਂ ਤੋਂ ਅਸੀਂ 20 ਸ਼ਿਕਾਇਤਾਂ ਦੇ ਆਏ ਹਾਂ ਸੋਸ਼ਲ ਮੀਡੀਆ 'ਤੇ ਰੌਲਾ ਪਾਉਂਦੇ ਪਏ ਹਾਂ ਇਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਿਰਫ ਸਾਨੂੰ ਲਾਰੇ ਹੀ ਲੱਗਦੇ ਪਏ ਆ ਕਿ ਅੱਜ ਹੋ ਜਾਏਗਾ ਕੱਲ੍ਹ ਹੋ ਜਾਏਗਾ ਜੇ ਹੋਵੇ ਗਲੀ ਦੀ ਸਮੱਸਿਆ ਅਸੀਂ ਟਾਈਮ ਕੱਢ ਲਈਏ ਜੇ ਲਾਈਟ ਦੀ ਸਮੱਸਿਆ ਹੋਵੇ ਟਾਈਮ ਕੱਢ ਲਈਏ ਜਿਹੜੇ ਬੱਚੇ ਬਿਮਾਰ ਪੈਂਦੇ ਪਾਣੀ ਤਾਂ ਰੋਜ਼ ਪੀਣਾ ਹੀ ਪੀਣਾ ਗਰਮੀ 'ਚ ਦੇਣਾ ਪਾਣੀ ਤਾਂ ਰੋਜ਼ ਸਵੇਰੇ ਸ਼ਾਮ ਬੱਚਿਆਂ ਨੇ ਪੀਣਾ ਵਾ ਔਰ ਬੱਚੇ ਹਸਪਤਾਲ ਭਰੇ ਪਏ ਆ ਇੱਕ ਇੱਕ ਹਸਪਤਾਲ 30-30 ਬੱਚੇ ਉੱਥੇ ਦਾਖਲ ਹੈਗੇ ਆ ਇਹ ਸਾਡੇ ਲਾਗੇ 20 ਖਲੋਤੇ ਹੋਏ ਨੇ ਇਹਨਾਂ ਦਾ ਹਸਪਤਾਲ ਇਹਨਾਂ ਹਸਪਤਾਲ ਵੀ ਜੇ ਪੇਸ਼ੈਂਟ 100 ਆਉਂਦਾ ਵਾ ਤੇ 100 ਵਿੱਚੋਂ 80 ਬੰਦੇ ਪੇਟ ਦੀ ਖਰਾਬੀ ਕਰਕੇ ਆਉਂਦੇ ਆ ਉਹ ਪੇਟ ਦੀ ਖਰਾਬੀ ਕਿਉਂ ਹੁੰਦੀ ਵੀ ਆ ਗੰਦਾ ਪਾਣੀ ਸੀਵਰ ਦਾ ਪਾਣੀ ਮਿਕਸ ਹੋ ਕੇ ਸਾਡੇ ਪੀਣ ਵਾਲੇ ਪਾਣੀ ਦੇ ਘਰ ਪਹੁੰਚਦਾ ਪਿਆ ਵਾ ਔਰ ਸਰਕਾਰ ਇੰਨਾ ਕੁਛ ਕਰਨ ਦੇ ਬਾਵਜੂਦ ਇੰਨਾ ਰੌਲਾ ਪਾਉਣ ਦੇ ਬਾਵਜੂਦ ਹਿਲਦੀ ਨਹੀਂ ਪਈ ਇੱਕ ਮੌਕਾ ਮੰਗਿਆ ਸੀ ਇਹਨਾਂ ਨੇ ਮੌਕਾ ਤੇ ਮਿਲ ਗਿਆ ਵਾ ਤੇ ਕੀ ਗੱਲ ਆ ਕਿੱਥੇ ਕੰਮ ਕਿਹੜਾ ਰੁਕਿਆ ਕੀ ਕਾਰਨ ਵੀਰ ਜੀ ਮੌਕਾ ਲੋਕਾਂ ਨੇ ਅਸਲ 'ਚ ਕਾਂਗਰਸ ਤੋਂ ਅਕਾਲੀ ਦਲ ਤੋਂ ਔਖੇ ਹੋ ਕੇ ਦਿੱਤਾ ਸੀ ਇਹਨਾਂ ਨੇ ਕੁਛ ਨਹੀਂ ਕੀਤਾ ਇਹ ਜਿਹੜੇ ਸਾਡੇ MLA ਸਾਹਿਬ ਨੇ ਨਾ ਇਹ ਪੰਚ ਬਣੇ ਨਾ ਸਰਪੰਚ ਬਣੇ ਨਾ ਕੌਂਸਲਰ ਬਣੇ ਇਹਨਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਪਰ ਜੇ ਇਹਨਾਂ ਨੇ ਲੋਕਾਂ ਨੇ ਅੱਖਾਂ ਮੀਟ ਕੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਇਹਨਾਂ ਨੂੰ ਜਿਤਾ ਦਿੱਤਾ ਅਤੇ ਇਹਨਾਂ ਦਾ ਫਰਜ਼ ਬਣਦਾ ਵਾ ਕਿ ਲੋਕਾਂ ਦੀ ਸੇਵਾ ਕਰਨੀ ਜੇ ਤੁਹਾਡੇ ਕੋਲ ਨਹੀਂ ਕੁਛ ਹੈਗਾ ਤੁਸੀਂ ਲੋਕਾਂ 'ਚ ਪਹੁੰਚ ਤਾਂ ਸਕਦੇ ਜੇ ਤੁਸੀਂ ਸਰਕਾਰ ਨੂੰ ਤੁਸੀਂ ਕੇਜਰੀਵਾਲ ਨੂੰ ਤੁਸੀਂ ਭਗਵੰਤ ਮਾਨ ਨੂੰ ਰੋ ਕਿ ਮੇਰੇ ਇਲਾਕੇ ਦੀ ਇੰਨੀ ਬੁਰੀ ਹਾਲਤ ਆ ਜੇ ਇੱਥੇ ਅਭੀ ਨਬੀ ਹੁੰਦੀ ਹੈ ਜੇ ਕਿਸੇ ਦਾ ਬੱਚਾ ਮਰਦਾ ਤਾਂ ਕੌਣ ਜ਼ਿੰਮੇਵਾਰ ਆ ਅਸੀਂ ਇਹ ਵੀਰ ਨੂੰ ਸਾਡਾ MLA ਜਿਹੜਾ ਜਸਵੀਰ ਸਿੰਘ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਸਾਡੇ ਪਾਣੀ ਪੀਂਦੇ ਪਏ ਗੰਦਾ ਪਾਣੀ ਸੀਵਰ ਦਾ ਪੀਂਦੇ ਪਏ ਆ ਉਹ ਪਾਣੀ ਤੈਨੂੰ ਪਿਆਉਣਾ ਵਾ ਤੇਰੇ ਪਰਿਵਾਰ ਨੂੰ ਪਿਆਉਣਾ ਵਾ ਜਾਂ ਤਾਂ ਪਾਣੀ ਨੂੰ ਠੀਕ ਕਰ ਦੇ ਅਸੀਂ ਇਹਨੂੰ 7 ਦਿਨ ਦਾ ਅਲਟੀਮੇਟਮ ਦੇ ਕੇ ਆਏ ਹਾਂ ਅੱਜ 4 ਦਿਨ ਹੋ ਗਏ ਆ ਅੱਜ ਰੋਲਾ ਤਾਂ ਭਰਨੇ ਪਏ ਆ ਕਿ ਹਜੇ ਤੱਕ ਹਿਲਜੁਲ ਨਹੀਂ ਹੋਈ ਜੇ ਅੱਜ ਹਿਲਜੁਲ ਹੋਏਗੀ ਤਾਂ 2-3 ਦਿਨ 'ਚ ਪਾਣੀ ਠੀਕ ਹੋਏਗਾ ਪਾਣੀ ਜਿਸ ਤਰ੍ਹਾਂ ਮਰਜ਼ੀ ਠੀਕ ਕਰੇ ਜਿੱਥੇ ਮਰਜ਼ੀ ਜਾਵੇ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਵੇ ਭਾਵੇਂ 100 ਕਰੋੜ ਰੁਪਈਆ ਲੱਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਤੋਂ 100 ਕਰੋੜ ਚੰਗਾ ਨਹੀਂ ਸਾਨੂੰ ਹੋਗਾ ਸਾਡੇ ਪੈਸੇ ਸਾਡੇ ਟੈਕਸ ਦੇ ਪੈਸੇ ਅਤੇ ਸਾਡੇ ਲੋਕਾਂ ਦੇ ਉੱਪਰ ਹੀ ਲੱਗਣੇ ਚਾਹੀਦੇ ਆ ਜੋ ਨਾ ਸੰਭਾਲ ਹੋਇਆ ਤੁਹਾਡਾ ਆਉਣ ਵਾਲੇ ਸਮੇਂ 'ਚ ਕੀ ਕਰੋਗੇ ਅਸੀਂ ਸਿਰਫ ਮਗਰ 3 ਦਿਨ ਪਕਾਇਆ ਜੀ 3 ਦਿਨ ਦੇ ਵਿੱਚ ਸਾਰਾ ਛਿਆਟਾ ਵਿਦਆਊਟ ਰਾਜਨੀਤੀ ਕੋਈ ਰਾਜਨੀਤੀ ਨਹੀਂ ਕਰੇਗਾ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਹੁਣ ਆਮ ਆਦਮੀ ਪਾਰਟੀ ਦੇ ਭਾਵੇਂ BJP ਦੇ ਹੋਣ ਭਾਵੇਂ ਅਕਾਲੀ ਦਲ ਦੇ ਹੋਣ ਇਹਦੇ ਘਰ ਦਾ ਘਿਰਾਵ ਕਰਾਂਗੇ MLA ਦੇ ਘਰ ਦਾ ਘਿਰਾਵ ਕਰਾਂਗੇ ਇਹਨੂੰ ਉਹ ਗੰਦਾ ਪਾਣੀ ਪਿਆਵਾਂਗੇ ਜਿਹੜਾ ਅਸੀਂ ਪੀਂਦੇ ਪਏ ਹਾਂ